ਦੇ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ ਕੀ ਕਹੋਗੇ ਕੇਂਦਰੀ ਮੰਤਰੀਆਂ ਵੱਲੋਂ ਸੱਦਾ ਆਇਆ ਵੀ ਮੀਟਿੰਗ ਕਰਨ ਵਾਸਤੇ ਤਿਆਰ ਹਾਂ ਪਰ ਮੀਟਿੰਗ ਦਾ ਤਾਂ ਹੀ ਫਾਇਦਾ ਹੈ ਜੇ ਮੀਟਿੰਗ ਕਰਨ ਵਾਲੇ ਹਾਲਾਤ ਸਰਕਾਰ ਬਣਾਉਗੀ ਲਾਈਨਾਂ ਦੇ ਉੱਤੇ ਗੱਡੀਆਂ ਚਲਾਉਣ ਵਾਸਤੇ ਤਿਆਰ ਨਹੀਂ ਮੀਟਿੰਗ ਦਾ ਸੱਦਾ ਦੇ ਰਹੀ ਹੈ ਇਸ ਕਰਕੇ ਮੈਨੂੰ ਲੱਗਦਾ ਮੀਟਿੰਗ ਚੋਂ ਕੁਝ ਨਿਕਲਣ ਵਾਲਾ ਨਹੀਂ ਲੱਗਦਾ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ ਕੀ ਲੱਗਦਾ ਤੁਹਾਨੂੰ ਸੰਘਰਸ਼ ਦਾ ਜੋ ਵੀ ਤੁਸੀਂ ਕਰ ਰਹੇ ਹੋ ਤਿੱਖਾ ਕੀਤਾ ਸੰਘਰਸ਼ ਉਹਦਾ ਪਤਾ ਲੱਗਣ ਲੱਗਿਆ ਕੇਂਦਰ ਸਰਕਾਰ ਨੂੰ ਜਿਹੜਾ મોદી ਕਹਿੰਦਾ ਵੀ ਇਹ ਕੁਛ ਲੋਕ ਨੇ ਇਹ ਦਲਾਲ ਨੇ ਜੀ ਇਹ ਨਕਸਲਵਾੜੀਏ ਨੇ ਜੀ ਇਹ ਹੋਰ ਨੇ ਜੀ ਕੁਝ ਇਹ ਆ ਜਾ ਕੁਝ ਕਿਸਾਨਾਂ ਨੂੰ ਬੋਲ ਰਹੀ ਹੈ ਸੈਂਟਰ ਸਰਕਾਰ ਉਹ ਅਸੀਂ 26 27 ਨੂੰ ਜਿਹੜਾ ਦਿੱਲੀ ਨੂੰ ਘੇਰਨ ਦਾ ਪ੍ਰੋਗਰਾਮ ਹੈ ਉਹ ਸਾਫਤ ਕਰੂਗਾ ਵੀ ਇਹ ਕਿਸਾਨ ਨੇ ਜਾਂ ਨਕਸਲਾਈਟ ਨੇ ਜਾਂ ਹੋਰ ਦਲਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਕਿਸਾਨਾਂ ਦੇ ਧਰਨੇ ਲਗਾਤਾਰ ਜਾਰੀ ਨੇ ਟੋਲ ਪਲਾਜ਼ਾ ਜਾਮ ਨੇ ਰਿಲಯನ್ಸ್ ਦੇ ਪੰਪ ਜਾਮ ਨੇ ਕਿਸਾਨਾਂ ਦੇ ਅੰਦੋਲਨ ਚ ਦਿਨ ਰਾਤ ਦਾ ਧਰਨਾ ਚੱਲ ਰਿਹਾ ਅੰਦੋਲਨ ਵੱਡੇ ਪੱਧਰ ਤੇ ਚੱਲ ਰਹੇ ਨੇ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਦਿੱਲੀ ਮਿਲੇ ਰਾਜਨਾਥ ਸਿੰਘ ਨੂੰ ਮਿਲੇ ਉਹਨਾਂ ਵਿਸ਼ਵਾਸ ਦਵਾਇਆ ਭਰੋਸਾ ਦਿੱਤਾ ਕਿ ਕੇਂਦਰੀ ਮੰਤਰੀ ਮੀਟਿੰਗ ਲਈ ਤਿਆਰ ਨੇ ਮੀਟਿੰਗ ਕੀਤੀ ਜਾਵੇਗੀ ਆਉਣ ਵਾਲੇ ਸਮੇਂ ਚ ਹੋ ਸਕਦਾ ਦੀਵਾਲੀ ਤੋਂ ਬਾਅਦ ਦਾ ਸਮਾਂ ਕਿਸਾਨਾਂ ਨੂੰ ਦਿੱਤਾ ਜਾਵੇ ਵੈਸੇ ਕੇਂਦਰੀ ਮੰਤਰੀਆਂ ਨੇ ਕਹਿ ਦਿੱਤਾ ਹੈ ਕਿ ਅਸੀਂ ਕਿਸਾਨਾਂ ਨਾਲ ਮੀਟਿੰਗ ਕਰਨ ਨੂੰ ਤਿਆਰ ਆ ਜੋ ਵੀ ਗੱਲਾਂ ਬਾਤਾਂ ਨੇ ਉਹ ਕਰਨ ਨੂੰ ਤਿਆਰ ਆ ਰਾਜਨਾਥ ਸਿੰਘ ਨੇ ਵਿਸ਼ੇਸ਼ ਤੌਰ ਤੇ ਭਰੋਸਾ ਦਿੱਤਾ ਕਿਸਾਨਾਂ ਨੂੰ ਤੁਹਾਨੂੰ ਦੱਸ ਦਈਏ ਕਿ ਟੋਲ ਪਲਾਜ਼ਿਆਂ ਤੇ ਲਗਾਤਾਰ ਤਕਰੀਬਨ ਡੇਢ ਮਹੀਨਾ ਹੋ ਗਿਆ ਧਰਨੇ ਤੇ ਬੈਠੇ ਨੇ ਕਿਸਾਨ ਦਿਨ ਰਾਤ ਦਾ ਧਰਨਾ ਜਾਰੀ ਆ ਸੋ 11 ਨਵੰਬਰ ਨੂੰ ਇੱਕ ਮੀਟਿੰਗ ਹੋਣੀ ਆ 30 ਜਥੇਬੰਦੀਆਂ ਦੀ ਚੰਡੀਗੜ੍ਹ ਚ ਜੋ ਆਪਣਾ ਆਉਣ ਵਾਲਾ ਹੋਰ ਪਲਾਨ ਉਲੀਕਣਗੇ ਤੇ ਤੁਹਾਨੂੰ ਦੱਸ ਦਈਏ ਕਿ 26 ਅਤੇ 27 ਨਵੰਬਰ ਨੂੰ ਸੋ ਸਾਰੀਆਂ ਜਥੇਬੰਦੀਆਂ ਨੇ ਸਲਾਹ ਕੀਤੀ ਆ ਕਿ ਅਸੀਂ ਦਿੱਲੀ ਜਾਵਾਂਗੇ ਤਾਂ ਹੀ ਕੇਂਦਰ ਸਰਕਾਰ ਸੋਚ ਰਹੀ ਆ ਕਿ ਨਹੀਂ ਰੋਕਿਆ ਜਾਵੇਗਾ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਦੀ ਜੋ ਰਣਨੀਤੀਆ ਜੋ ਪਲੈਨਿੰਗ ਆ ਇਹ ਤਿੱਖੀ ਹੁੰਦੀ ਜਾ ਰਹੀ ਆ ਅੱਜ ਅਸੀਂ ਖੜਿਆ ਟੋਲ ਪਲਾਜ਼ਾ ਨਾਬਾ ਤੋਂ ਪਵਾਨੀਗੜ ਰੋਡ ਤੇ ਜਿੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਪਿਛਲੇ ਡੇਢ ਮਹੀਨੇ ਤੋਂ ਬੈਠੇ ਨੇ ਧਰਨਾ جاری ਆ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਪਹੁੰਚੇ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਆ ਪੱਟੀਵਾਲ ਜੀ ਸੋ ਕਰਦੇ ਆ ਗੱਲਬਾਤ ਪੱਟੀਵਾਲ ਸਾਹਿਬ ਕਿਵੇਂ ਦੀ ਪਲੈਨਿੰਗ ਆ ਕੇਂਦਰ ਸਰਕਾਰ ਦੇ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਅਸੀਂ ਮੀਟਿੰਗ ਕਰਨ ਨੂੰ ਤਿਆਰ ਆ ਕੀ ਕਹੋਗੇ ਕੇਂਦਰੀ ਮੰਤਰੀਆਂ ਵੱਲੋਂ ਸੱਦਾ ਆਇਆ ਵੀ ਮੀਟਿੰਗ ਕਰਨ ਵਾਸਤੇ ਤਿਆਰ ਆ ਪਰ ਮੀਟਿੰਗ ਦਾ ਤਾਂ ਹੀ ਫਾਇਦਾ ਹੈ ਜੇ ਮੀਟਿੰਗ ਕਰਨ ਵਾਲੇ ਹਾਲਾਤ ਸਰਕਾਰ ਬਣਾਉਗੀ ਟੋਲ ਆਪਣੇ ਜਿਹੜੇ ਜਿੰਨੇ ਵੀ ਪਲੇਟਫਾਰਮ ਨੇ ਪਲੇਟਫਾਰਮਾਂ ਤੋਂ ਕਿਸਾਨ ਪਲੇਟਫਾਰਮਾਂ ਤੋਂ ਹਟ ਕੇ ਪਾਰਕਾਂ ਦੇ ਵਿੱਚ ਆ ਗਏ ਪਰ ਅਜੇ ਤੱਕ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਚਲਾਈਆਂ ਨਹੀਂ ਹੈਗੀਆਂ ਜੇ ਮਾਲ ਗੱਡੀਆਂ ਚਲਦੀਆਂ ਨੇ ਉਹਦੇ ਨਾਲ ਹਾਲਾਤ ਸਖਾਵੇਂ ਬਣਦੇ ਨੇ ਉਹਦੇ ਨਾਲੇ ਮੀਟਿੰਗ ਕਰਨ ਦੀ ਕੋਈ ਗੱਲ ਬਣਦੀ ਹੈ ਪਰ ਰੇਲ ਟ੍ਰੈਕ ਖਾਲੀ ਪਏ ਨੇ ਰੇਲ ਦੀਆਂ ਲਾਈਨਾਂ ਖਾਲੀ ਪਈਆਂ ਨੇ ਸਰਕਾਰ ਉਹ ਲਾਈਨਾਂ ਦੇ ਉੱਤੇ ਗੱਡੀਆਂ ਚਲਾਉਣ ਵਾਸਤੇ ਤਿਆਰ ਨਹੀਂ ਮੀਟਿੰਗ ਤਾਂ ਸੱਦਾ ਦੇ ਰਹੀ ਹੈ ਇਸ ਕਰਕੇ ਮੈਨੂੰ ਲੱਗਦਾ ਮੀਟਿੰਗ ਚੋਂ ਕੁਝ ਨਿਕਲਣ ਵਾਲਾ ਨਹੀਂ ਲੱਗਦਾ ਜੇ ਸਰਕਾਰ ਦੀ ਨੀਤ ਸਾਫ਼ ਹੁੰਦੀ ਤਾ ਗੱਡੀਆਂ ਚਲਾਉਂਦੀ ਗੱਡੀਆਂ ਚੱਲਦੀਆਂ ਕਿਸਾਨ ਵੀ ਇਸ ਗੱਲ ਤੇ ਸਹਿਮਤ ਹੁੰਦੇ ਵੀ ਠੀਕ ਹੈ ਮੀਟਿੰਗ ਦੇ ਵਿੱਚੋਂ ਕੁਝ ਨਿਕਲੂਗਾ ਪਰ ਇਹ ਮੀਟਿੰਗ ਚੋਂ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਸਾਨਾਂ ਦੇ ਪੱਲੇ ਪਾਉ ਸਰਕਾਰ ਪੱਟੀਵਾਲ ਜੀ ਗੱਲ ਸਾਹਮਣੇ ਆ ਰਹੀ ਆ ਕਿ ਕੇਂਦਰ ਸਰਕਾਰ ਕਹਿ ਰਹੀ ਆ ਕਿ ਮਾਲ ਗੱਡੀਆਂ ਦੇ ਨਾਲ ਪੈਸੇਂਜਰ ਗੱਡੀਆਂ ਵੀ ਚਲਾਵਾਂਗੇ ਕੀ ਚੱਲਣ ਦਿਓਗੇ ਪੈਸੇਂਜਰ ਗੱਡੀਆਂ ਚੱਲਣ ਦਾ ਤਾਂ ਮੱਥ ਬੱਲੇ ਨਹੀਂ ਕੋਈ ਸਵਾਰੀ ਪੈਦਾ ਨਹੀਂ ਹੁੰਦਾ ਇਹ ਪੈਸੇਂਜਰ ਗੱਡੀਆਂ ਚੱਲਣਗੀਆਂ ਪਰ ਅਜੇ ਤਾਂ ਮਾਲ ਗੱਡੀਆਂ ਵਾਸਤੇ ਜਿਹੜੀਆਂ ਲੈਣਾ ਤੀਆਂ ਉਹ ਵੇਲੀਆਂ ਕਰੀਆਂ ਨੇ ਮਾਲ ਗੱਡੀਆਂ ਚਲਾਉਣ ਵਾਸਤੇ ਵੀ ਸਰਕਾਰ ਤਿਆਰ ਨਹੀਂ ਹੈਗੀ ਪੈਸੇਂਜਰ ਗੱਡੀਆਂ ਤੇ ਰੋਕ ਹੈ ਸਾਡੀ ਵੀ ਜਿੱਨਾਂ ਚਿਰ ਮਾਲ ਗੱਡੀਆਂ ਨਹੀਂ ਚਲਦੀਆਂ ਉਹਨਾਂ ਚਿਰ ਪੈਸੇਂਜਰ ਗੱਡੀਆਂ ਨਹੀਂ ਚੱਲਣ ਦੇਵਾਂਗੇ ਜਿੱਨਾਂ ਚਿਰ ਕਾਲੇ ਕਾਨੂੰਨ ਨੇ ਮੋਦੀ ਦੇ ਜਿਹੜੇ ਕਿਸਾਨਾਂ ਤੇ ਥੋਪੇ ਨੇ ਉਹ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਕੋਈ ਪੈਸੇਂਜਰ ਗੱਡੀ ਨਹੀਂ ਚੱਲੂਗੀ ਕੇਂਦਰ ਸਰਕਾਰ ਕਹਿ ਰਹੀ ਆ ਕਿ ਅਸੀਂ ਮੀਟਿੰਗ ਕਰਨ ਨੂੰ ਤਿਆਰ ਆ ਕੀ ਲੱਗਦਾ ਤੁਹਾਨੂੰ ਸੰਘਰਸ਼ ਦਾ ਜੋ ਵੀ ਤੁਸੀਂ ਕਰ ਰਹੇ ਹੋ ਤਿੱਖਾ ਕੀਤਾ ਸੰਘਰਸ਼ ਉਹਦਾ ਪਤਾ ਲੱਗਣ ਲੱਗਿਆ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਜ਼ਰੂਰ ਪਤਾ ਲੱਗਣ ਲੱਗਿਆ ਅਜੇ ਤਾਂ ਅਸੀਂ ਜਿਹੜੀ ਘੋੜ ਦੀ ਪਹਿਲੀ ਪੌੜੀ ਚੜਿਆ 5 ਤਰੀਕ ਨੂੰ ਇਦੋਂ ਪਹਿਲਾਂ ਜਿਹੜਾ ਘੋਲਤੀ ਨਾ ਉਹ ਪੰਜਾਬ ਪੱਧਰ ਦਾ ਘੋਲਤੀ ਆ 5 ਤਰੀਕ ਨੂੰ ਇਹ ਹਿੰਦੁਸਤਾਨ ਪੱਧਰ ਦਾ ਹੋਇਆ 18 ਸੂਬਿਆਂ ਦੇ ਵਿੱਚ ਜਿਹੜੇ ਜਾਮ ਲੱਗੇ ਨੇ ਉਸ ਨੇ ਸੈਂਟਰ ਦੀ ਸਰਕਾਰ ਨੂੰ ਹਲੂਣਾ ਦਿੱਤਾ ਉਹਦੇ ਨਾਲ ਸੈਂਟਰ ਸਰਕਾਰ ਹਿੱਲੀ ਆ ਪਰ ਜਿਹੜਾ ਅਗਲਾ ਪ੍ਰੋਗਰਾਮ ਹੈ ਸਾਡਾ 26 27 ਨੂੰ 18 ਸੂਬਿਆਂ ਚੋਂ ਨਹੀਂ 22 ਦੇ 22 ਸੂਬਿਆਂ ਦੇ ਵਿੱਚੋਂ ਕਿਸਾਨ ਦਿੱਲੀ ਨੂੰ ਘੇਰਨ ਵਾਸਤੇ ਜਾਣਗੇ ਜਿਹਦੇ ਨਾਲ ਨੀਂਦ ਹਰਾਮ ਕਰਾਂਗੇ ਸੈਂਟਰ ਸਰਕਾਰ ਦੀ ਜਿਹੜਾ ਮੋਦੀ ਕਹਿੰਦਾ ਵੀ ਇਹ ਕੁਝ ਲੋਕ ਨੇ ਇਹ ਦਲਾਲ ਨੇ ਜੀ ਇਹ नक्सਲਵਾੜੀਏ ਨੇ ਜੀ ਇਹ ਹੋਰ ਨੇ ਜੀ ਕੁਝ ਇਹ ਇਹੋ ਜਿਹਾ ਕੁਝ ਕਿਸਾਨਾਂ ਨੂੰ ਬੋਲ ਰਹੀ ਹੈ ਸੈਂਟਰ ਸਰਕਾਰ ਉਹ ਅਸੀਂ 26 27 ਨੂੰ ਜਿਹੜਾ ਦਿੱਲੀ ਨੂੰ ਘੇਰਨ ਦਾ ਪ੍ਰੋਗਰਾਮ ਹੈ ਉਹ ਸਾਬਤ ਕਰੂਗਾ ਵੀ ਇਹ ਕਿਸਾਨ ਨੇ ਜਾਂ नक्सਲਾਈਟ ਨੇ ਜਾਂ ਹੋਰ ਦਲਾਲ ਨੇ ਦਸਹਰੇ ਨੂੰ 라ਵਣ ਦੀ ਜਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ ਦੀਵਾਲੀ ਆ ਰਹੀ ਆ ਕੀ ਕਰੋਗੇ ਕਿਵੇਂ ਦੀ ਦੀਵਾਲੀ ਰਹੂਗੀ ਕਿਸਾਨਾਂ ਦੀ ਦੀਵਾਲੀ ਵੀ ਕਿਸਾਨਾਂ ਦੀ ਜਿਹੜੀ ਜਿਹੜੇ ਘਰਾਂ ਚ ਦੀਵਾਲੀ ਹੁੰਦੀ ਹੈ ਕਿਸਾਨ ਤਾਂ ਘਰਾਂ ਤੋਂ ਬਾਹਰ ਨੇ ਰੇਲ ਟ੍ਰੈਕਾਂ ਤੇ ਨੇ ਟੋਲ ਪਲਾਜ਼ਿਆਂ ਤੇ ਨੇ ਹੋਰ ਰਿਲਾਇੰਸ ਦੇ ਮੌਲਾਂ ਤੇ ਨੇ ਬੀਜੇਪੀ ਦੇ ਆਗੂਆਂ ਦਾ ਘਰਾਂ ਦਾ ਘਰਾਓ ਕਰਿਆ ਹੋਇਆ ਉੱਥੇ ਨੇ ਉੱਥੇ ਕਿਸਾਨਾਂ ਦੀ ਕਦੀ ਦੀਵਾਲੀ ਹੈ ਜਿਹਾ ਜਿਹਾ ਕੁਝ ਦਸਹਰੇ ਚ ਹੋਇਆ ਅਸੀਂ ਤਾਂ ਇਹ ਸੋਚਦੇ ਆ ਵੀ ਦੀਵਾਲੀ ਵਾਲੇ ਦਿਨ ਵੀ ਮੋਦੀ ਨੂੰ ਫੂਕੇ ਜਾਵੇ ਸੀਨੀਅਰ ਅਗੂ ਜਿਆਣੀ ਨੇ ਬੀਜੇਪੀ ਦੇ ਉਹ ਕਹਿ ਰਹੇ ਨੇ ਕਿ ਕਿ ਕਿਸਾਨ ਤਾਂ ਠੀਕ ਨੇ ਜੋ ਕਾਂਗਰਸ ਆ ਉਹ ਰਾਜਨੀਤੀ ਕਰ ਰਹੀ ਆ ਵੀ ਕਿਸਾਨ ਤਾਂ ਕਹਿ ਰਹੇ ਨੇ ਪੈਸੇਂਜਰ ਗੱਡੀਆਂ ਚਲਾ ਦਾਂਗੇ ਪਰ ਪੰਜਾਬ ਸਰਕਾਰ ਕਾਂਗਰਸੀ ਸਰਕਾਰ ਕਹਿ ਰਹੀ ਹੈ ਕਿ ਨਹੀਂ ਚੱਲਣ ਦਵਾਗੇ ਕੀ ਲੱਗਦਾ ਕੀ ਸਚਾਈ ਆ ਪੰਜਾਬ ਸਰਕਾਰ ਕੋਈ ਨਹੀਂ ਰੋਕਦੀ ਹੈਗੀ ਇਹ ਕਿਸਾਨਾਂ ਦਾ ਫੈਸਲਾ ਹੈ ਕਿਸਾਨਾਂ ਦੀਆਂ 30 ਜਥੇਬੰਦੀਆਂ ਨੇ ਮੀਟਿੰਗ ਕਰਕੇ ਫੈਸਲਾ ਲਿਆ ਹੈ ਵੀ ਪੰਜਾਬ ਦੇ ਵਿੱਚ ਕੋਈ ਪੈਸੇਂਜਰ ਗੱਡੀ ਨਹੀਂ ਚੱਲਣ ਦੇਵਾਂਗੇ ਜਿੰਨਾ ਚਿਰ ਇਹ ਕਾਲੇ ਕਾਨੂੰਨੀ ਵਾਪਸ ਹੁੰਦੇ ਇਹ ਰਾਜਨੀਤੀ ਕਰ ਰਹੇ ਨੇ ਭਾਜਪਾ ਵਾਲੇ ਵੀ ਰਾਜਨੀਤੀ ਕਰ ਰਹੇ ਨੇ ਕਾਲੀ ਵੀ ਰਾਜਨੀਤੀ ਕਰ ਰਹੇ ਨੇ ਆਪ ਵਾਲੇ ਵੀ ਰਾਜਨੀਤੀ ਕਰ ਰਹੇ ਨੇ ਆਉਣ ਵਾਲੀ 22 ਦੀ ਇਲੈਕਸ਼ਨ ਦੀਂਦੀ ਹੈ ਇਹਨੂੰ 22 ਦੀ ਇਲੈਕਸ਼ਨ ਦੀ ਤਿਆਰੀ ਚ ਨੇ ਸਾਰੀਆਂ ਪਾਰਟੀਆਂ ਪਰ ਕਿਸਾਨਾਂ ਦੀ ਹਮਦਰਦੀ ਪਾਰਟੀ ਕੋਈ ਵੀ ਨਹੀਂ ਨਾ ਕਾਂਗਰਸ ਹੈ ਨਾ ਅਕਾਲੀ ਨੇ ਨਾ ਆਪ ਵਾਲੇ ਨੇ ਨਾ ਭਾਜਪਾ ਵਾਲਿਆਂ ਨੇ ਤਾਂ ਹੋਣੀ ਕੀ ਆ ਜਿਨ੍ਹਾਂ ਨੇ ਕਾਲੇ ਕਾਨੂੰਨ ਲਿਆਂਦੇ ਨੇ ਇਹ 22 ਦੀ ਤਿਆਰੀ ਦੀ ਆ ਸਾਰਾ ਕੁਝ ਹੋ ਰਿਹਾ ਕਿਸਾਨਾਂ ਦੇ ਪੱਖ ਚ ਕੋਈ ਨਹੀਂ ਹੈਗਾ ਨਾ ਹੀ ਪੰਜਾਬ ਦੀ ਸਰਕਾਰ ਹੈ ਜਿਹੜੀ ਕਾਂਗਰਸ ਉਹ ਪੈਸੇਂਜਰ ਗੱਡੀਆਂ ਰੋਕਣਦੇ ਉਸ ਚ ਗੱਡੀਆਂ ਰੋਕੀਆਂ ਨੇ ਕਿਸਾਨਾਂ ਦੇ ਕੱਠ ਨੇ ਕਿਸਾਨਾਂ ਦੇ ਸੰਘਰਸ਼ ਨੇ ਠੀਕ ਹੈ ਜੀ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਰੋਕੀਆਂ ਤੁਹਾਨੂੰ ਵੀ ਪਤਾ ਕਿ ਯੂਰੀ ਦੀ ਪੂਰੀ ਘਾਟ ਸਤਾ ਰਹੀ ਆ ਕਿਸਾਨਾਂ ਨੂੰ ਕਿਸਾਨਾਂ ਨੇ ਫਸਲਾਂ ਨੂੰ ਯੂਰੀਆ ਦੇਣਾ ਯੂਰੀਆ ਦੀ ਪੂਰੀ ਘਾਟ ਆ ਜੇ ਮਾਲ ਗੱਡੀਆਂ ਨਾ ਚੱਲੀਆਂ ਕੀ ਕਰਨਗੇ ਯੂਰੀਆ ਤੋਂ ਬਿਨਾ ਕਿਸਾਨ ਦੇਖੋ ਯੂਰੀਆ ਵਾਲੀ ਘਾਟ ਆ ਜਿਹੜੀ ਜੇ ਉਹ ਜੇ ਕਿਸਾਨ ਹੀ ਨਾ ਰਹੇ ਕਿਸਾਨ ਦੀ ਜ਼ਮੀਨੇ ਨਾ ਰਹੀ ਕਿਸਾਨ ਦੀ ਖੇਤੀ ਨਾ ਰਹੀ ਫਿਰ ਜ਼ੂਰੀਆ ਕਰਨਾ ਕੀ ਹੈ ਕਿਸਾਨ ਚੇਤਨ ਨੇ ਕਿਸਾਨ ਸਮਝਦਾਰ ਨੇ ਅਸੀਂ ਜ਼ੂਰੀਏ ਤੋਂ ਬਿਨਾ ਵੀ ਸਾਰ ਲਾਂਗੇ ਜਿਹੜੇ ਕੋਲੇ ਦਾ ਬਹਾਨਾ ਲਾਇਆ ਜਾਂਦਾ ਅਸੀਂ ਕੋਲੇ ਤੋਂ ਬਿਨਾ ਵੀ ਸਾਰ ਲਾਂਗੇ ਅਸੀਂ ਸਰੋਂ ਦੇ ਦੀਵਿਆਂ ਦਾ ਦੀਵੇ ਬਾਲ ਕੇ ਉਹਦੇ ਨਾਲ ਵੀ ਰੋਸ਼ਨੀ ਕਰ ਲਾਂਗੇ ਪਰ ਇਹ ਐਮੀ ਖਾਮ ਖਾਦਾ ਡੰਬਰ ਚਾਹੀ ਜਾਂਦਾ ਵੀ ਜੂਰੀਆ ਜੇ ਨਾ ਮਿਲਿਆ ਖਨੇ ਕੀ ਹੋ ਜੂਗਾ ਜੇ ਕਿਸਾਨ ਨਾ ਰਹਾ ਖੇਤੀ ਨਾ ਰਹੀ ਫਿਰ ਅਸੀਂ ਜੂਰੀਆ ਕੀ ਕਰਨਾ ਅਸੀਂ ਬਿਨਾ ਜੂਰੀਏ ਤੋਂ ਰੋਜ਼ ਰੌਲਾ ਪਾਉਂਦੀ ਹੈ ਸਰਕਾਰ ਬਿਡਵਰਸਿਫਿਕੇਸ਼ਨ ਲਿਆਓ ਬਿਨਾ ਖਾਦ ਤੋਂ ਬਿਨਾ ਸਬਕਾਸੇ ਤੋਂ ਅਗਾਓ ਉਹੀ ਜੀ ਖੇਤੀ ਕਰਨਾਂਗੇ ਸਾਡੇ ਜੋਗੀ ਆਪਣੀ ਗੁਜਾਰੇ ਜੋਗੀ ਖੇਤੀ ਉਹ ਖੇਤੀ ਦੇ ਉੱਤੇ ਨਿਰਪਰ ਹੋ ਜੂਗਾ ਕਿਸਾਨ ਪਰ ਸਾਨੂੰ ਕੋਈ ਜੂਰੀਆ ਆਵੇ ਨਾ ਆਵੇ ਇਹਦੇ ਨਾਲ ਕੋਲ ਤੇ ਕੋਈ ਅਸਰ ਨਹੀਂ ਪੈਣਾਲਾ ਕੇਂਦਰ ਸਰਕਾਰ ਨੇ ਬੁਲਾਵਾ ਦਿੱਤਾ ਕਿਸਾਨਾਂ ਨੂੰ ਕਿਹਾ ਕਿ ਗੱਲ ਕਰਾਂਗੇ ਅਸੀਂ ਦੀਵਾਲੀ ਤੋਂ ਬਾਅਦ ਕਿਵੇਂ ਲੱਗਦੀ ਹੈ ਰਣਨੀਤੀ ਜਦੋਂ ਉਹ ਬੁਲਾਉਣਗੇ ਤਾਂ ਜਥੇਬੰਦੀਆਂ ਜਾਣਗੀਆਂ ਤੇ ਗੱਲਬਾਤ ਕਰਨਗੀਆਂ ਦੇਖੋ ਇਹ 30 ਜਥੇਬੰਦੀਆਂ ਦਾ ਫੈਸਲਾ ਹੈ ਜਦੋਂ ਕੋਈ ਸੱਦਾ ਆਉਂਦਾ ਹੈ ਸਰਕਾਰ ਦਾ ਪਹਿਲਾਂ ਵੀ ਸਰਕਾਰ ਨੇ ਸੱਦਾ ਦਿੱਤਾ ਸੀ ਗੱਲਬਾਤ ਕਰਨ ਵਾਸਤੇ ਅਸੀਂ ਉਦੋਂ ਵੀ 30 ਕਿਸਾਨ ਜਥੇਬੰਦੀਆਂ ਭੱਜੀਆਂ ਨਹੀਂ ਹੈਗੀਆਂ ਅੱਜ ਜੇ ਸੱਦਾ ਆਉਂਦਾ ਅੱਜ ਵੀ ਗੱਲਬਾਤ ਕਰਨ ਵਾਸਤੇ ਤਿਆਰ ਆ ਪਰ ਗੱਲਬਾਤ ਚ ਮੈਨੂੰ ਨਹੀਂ ਲੱਗਦਾ ਕੋਈ ਕਿਸਾਨਾਂ ਨੂੰ ਦੇਊ ਸਰਕਾਰ ਪਰ ਪਹਿਲਾਂ ਪਿਛਲੇ ਸਮੇਂ 'ਚ ਸੈਕਟਰੀ ਭੇਜੇ ਖੇਤੀਬਾੜੀ ਸੈਕਟਰੀ ਆਏ ਕੋਈ ਮੰਤਰੀ ਨਹੀਂ ਆਇਆ ਜੇ ਇਸ ਵਾਰ ਉਹਨਾਂ ਨੇ ਪੂਰੀ ਸ਼ਰਤ ਤੇ ਖੜੇ ਕੇ ਕੇਂਦਰੀ ਮੰਤਰੀ ਪਹੁੰਚਣਗੇ ਮੀਟਿੰਗ ਕਰਨ ਨੂੰ ਤਿਆਰ ਆ ਫਿਰ ਤਾਂ ਮਤਲਬ ਜੋ ਵੀ ਜਥੇਬੰਦੀਆਂ ਨੇ ਖੁਸ਼ ਨੇ ਇਹ ਮੰਤਰੀਆਂ ਨਾਲ ਗੱਲ ਕਰਨ ਲਈ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਅਸੀਂ ਪਹਿਲਾਂ ਵੀ ਤਿਆਰ ਤੇ ਅੱਜ ਵੀ ਤਿਆਰ ਆ ਜੇ ਕੋਈ ਸਰਕਾਰ ਦਾ ਕੈਬਨਟ ਮੰਤਰੀ ਸਾਡੇ ਨਾਲ ਗੱਲਬਾਤ ਕਰਦਾ ਕਰਾਂਗੇ ਗੱਲਬਾਤ ਉਹ ਤਾਂ ਜਥੇਬੰਦੀਆਂ ਕਦੇ ਵੀ ਨਹੀਂ ਭਜੀਆਂ ਹੁਣ ਵੀ ਨਹੀਂ ਭਜਦੀਆਂ 26 ਤੋਂ 27 ਨਵੰਬਰ ਨੂੰ ਤੁਸੀਂ ਕੂਚ ਕਰਨਾ ਚਾਹੁੰਦੇ ਆ ਕਿ ਦਿੱਲੀ ਪਹੁੰਚਾਂਗੇ ਕੀ ਲੱਗਦਾ ਤੁਹਾਨੂੰ ਜੇ ਹਰਿਆਣੇ ਦਾ ਬਾਰਡਰ ਹੀ ਨਹੀਂ ਟੱਪਣ ਦਿੱਤੇ ਕੀ ਬਣੂ ਜੇ ਹਰਿਆਣੇ ਦੇ ਬਾਰਡਰ ਤੇ ਸਾਨੂੰ ਰੋਕਣਗੇ ਸਾਡਾ ਕਾਫਲਾ ਐਡਾ ਵੱਡਾ ਕਾਫਲਾ ਹੈ ਇਹ ਇਕੱਲੇ ਪੰਜਾਬ ਚੋਂ ਜਾਣ ਵਾਲਾ ਕਾਫਲਾ ਨਹੀਂ ਹੈਗਾ 22 ਸੂਬਿਆਂ ਦੇ ਵਿੱਚੋਂ ਜਾਣਿਆ ਕਾਫਲਾ ਅਸੀਂ ਹਰਿਆਣੇ ਦੇ ਬਾਰਡਰ ਤੇ ਵੀ ਜਾਮ ਰਾਮਾਗੇ ਜਿੱਥੇ ਰੋਕਣਗੇ ਰੁਕ ਜਾਾਂਗੇ ਪਰ ਸੜਕ ਦੇ ਉੱਤੇ ਆਵਾਜਾਈ ਵੀ ਨਹੀਂ ਕੋਈ ਚੱਲਣ ਦੇਵਾਂਗੇ ਇਹ ਸਾਰੇ ਪਾਸੋਂ ਦਿੱਲੀ ਨੂੰ ਘੇਰਾ ਪਾਵਾਂਗੇ ਦਿੱਲੀ 'ਚ ਨਾ ਕੋਈ ਚੀਜ਼ ਆਉਣ ਦੇਵਾਂਗੇ ਨਾ ਕੋਈ ਚੀਜ਼ ਦਿੱਲੀ ਦੇ ਵਿੱਚ ਵੜਨ ਦੇਵਾਂਗੇ ਸੋ ਇਹ ਸਨ ਬੀਕੇ ਜੂ ਦੇ ਸੂਬਾ ਮੀਤ ਪ੍ਰਧਾਨ ਵੀਕੇ ਜੂ ਢਕੌਂਦਾ ਤੇ ਗੁਰਮੀਤ ਸਿੰਘ ਪੱਟੀਵਾਲ ਜਿਨ੍ਹਾਂ ਨੇ ਕਿਹਾ ਕਿ 26 ਅਤੇ 27 ਨਵੰਬਰ ਨੂੰ ਅਸੀਂ ਕੂਚ ਕਰਾਂਗੇ ਦਿੱਲੀ ਨੂੰ ਜੇ ਸਾਨੂੰ ਹਰਿਆਣਾ ਬਾਰਡਰ ਤੇ ਰੋਕਣਗੇ ਸੜਕਾਂ ਜਾਮ ਕਰਦਾਂਗੇ ਪਰ ਕਿਸੇ ਵੀ ਹੱਦ ਤੇ ਨਹੀਂ ਰੁਕਾਂਗੇ ਦਿੱਲੀ ਜਾ ਕੇ ਦਿਖਾਵਾਂਗੇ ਤੇ ਦਿੱਲੀ ਦੀ ਇੱਟ ਨਾਲ ਇੱਟ ਵੀ ਖੜਕਾਵਾਂਗੇ ਕਿਉਂਕਿ ਵੱਡੇ ਕਾਲੇ ਕਾਨੂੰਨ ਨੇ ਜਿਹੜੇ ਕਾਲੇ ਕਾਨੂੰਨ ਉਨ ਖੇਤੀਬਾੜੀ ਨੂੰ ਬਰਬਾਦ ਕਰਨ ਵਾਲੇ ਨੇ ਸੋ ਇਹਨਾਂ ਕਿਹਾ ਕਿ ਖੇਤੀਬਾੜੀ ਬਾਰੇ ਖੇਤੀਬਾੜੀ ਦੇ ਕਾਨੂੰਨਾਂ ਬਾਰੇ ਜੇ ਕੇਂਦਰੀ ਮੰਤਰੀ ਗੱਲਬਾਤ ਕਰਨਗੇ ਤਾਂ ਗੱਲਬਾਤ ਕਰਨ ਨੂੰ ਤਿਆਰ ਹਾਂ ਪਰ ਅਸੀਂ ਜੋ ਵੀ ਬਿੱਲ ਨੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਵਾ ਕੇ ਹਟਾਂਗੇ ਭਵਾਨੀਗੜ੍ਹ ਤੋਂ ਕਰਨ ਤੇਜੇ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ